ਪਿੰਡਾਂ ਵਿਖੇ ਚੋਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਉੱਤੇ ਕਰ ਦਿੱਤਾ ਗਿਆ ਹਮਲਾ। ਕੋਟ ਪੁਲਿਸ ਚੌਂਕੀ ਇੰਚਾਰਜ ਜਗਦੀਪ ਸਿੰਘ ਦੀ ਵਰਦੀ ਫਾੜ ਦਿੱਤੀ ਗਈ ਅਤੇ ਪੱਗ ਉਤਾਰ ਦਿੱਤੀ ਗਈ। ਚੌਂਕੀ ਇੰਚਾਰਜ ਜਗਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਲਿਆਂਦਾ ਗਿਆ ਜਿੱਥੇ MLR ਕੱਟੀ ਗਈ। ਐਮਰਜੈਂਸੀ ਡਿਊਟੀ ਉੱਪਰ ਤੈਨਾਤ ਡਾਕਟਰ ਫ੍ਰੈਂਕੀ ਨੇ ਦੱਸਿਆ ਕਿ ਉਹਨਾਂ ਕੋਲ ASI ਜਗਦੀਪ ਸਿੰਘ ਨੂੰ ਲਿਆਂਦਾ ਗਿਆ ਸੀ। ਉਹਨਾਂ ਨੇ ਹਸਪਤਾਲ ਆ ਕੇ ਦੱਸਿਆ ਕਿ ਉਹ ਚੋਰ ਫੜਨ ਗਏ ਸੀ ਤਾਂ ਪੁਲਿਸ ਉੱਪਰ ਹਮਲਾ ਕਰ ਦਿੱਤਾ ਗਿਆ। इस दौरान ASI जगदीप सिंह ने सट्टा लगिया जिसकी MLR कटी गई है। खन्ना तोमन टांगर की रिपोर्ट, लाइव भारत। ਸਾਡੇ ਕੋਲ ASI ਜਗਦੀਪ ਸਿੰਘ ਆਏ ਸੀ, ਕੁੱਟਮਾਰ ਦਾ ਕੇਸ ਸੀਗਾ। ਉਹ ਕਹਿੰਦੇ ਵੀ ਮੈਨੂੰ ਕੁੱਟਿਆ ਗਿਆ ਹੈ, 3-4 ਬੰਦੇ ਨੂੰ ਪਕੜਨ ਗਏ ਸੀ, ਕੋਈ ਚੋਰ ਸੀਗੇ। ਉਹ ਕਹਿੰਦੇ ਉਹਨਾਂ ਨੇ ਮੇਰੇ 'ਤੇ ਹੀ ਹਮਲਾ ਕਰਤਾ ਅਤੇ ਫਿਰ ਸਾਡੇ ਹਸਪਤਾਲ ਵਿੱਚ ਪਰਚਾ ਕਟਾਉਣ ਲਈ ਆਏ ਅਤੇ ਉਹਨਾਂ ਦਾ ਪਰਚਾ ਜੋ ਵੀ ਬਣਦੀ ਕਾਰਵਾਈ ਉਹ ਸਾਰੀ ਕੀਤੀ ਗਈ ਅਤੇ ਜੋ ਉਹਦੀ ਸੱਟ ਦੇ ਮੁਤਾਬਕ ਡਾਕਟਰੀ ਜਾਂਚ ਸੀ ਉਸ ਦੇ ਲਈ ਉਹਨਾਂ ਨੂੰ ਭੇਜਿਆ ਗਿਆ। ਕਿੰਨੀ ਕੁ ਸੱਟ ਸੀਗੀ ਤੁਹਾਡੇ ਮੁਤਾਬਕ? ਸੱਟ ਹੈਗੀ ਸੀ, ਬਟ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਸਦੇ ਅੱਗੇ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗਦਾ ਵੀ ਸੱਟ ਜ਼ਿਆਦਾ ਹੈ ਕਿ ਕਿੰਨੀ ਹੈ। ਤੁਹਾਡੇ ਵੱਲੋਂ MLR ਕੱਟ ਦਿੱਤੀ ਗਈ? ਹਾਂਜੀ, ਮੇਰੇ ਵੱਲੋਂ MLR ਕੱਟੀ ਗਈ ਹੈ।